ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਆ ਲਾਡਾ ਡਿਸਕਸ਼ਨ ਦੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ। ਔਰ ਵੀਰ 21 ਤਰੀਕ ਦਾ ਪ੍ਰੋਗਰਾਮ ਲੈ ਕੇ ਪਹੁੰਚ ਲਿਆ ਵੀਰ, ਪਹਿਲੀਆਂ ਬੜੀਆਂ ਖਬਰਾਂ ਦੇ ਉੱਪਰ ਆਪਾਂ ਮਾਰੇਂਗੇ ਨਿਗਾਹ। ਪਰ ਨਿਗਾਹ ਕਿਆ ਮਾਰਨੀ, ਸਾਰਿਆਂ ਨੂੰ ਇਹ ਪਤਾ ਵੀਰ, ਦਿੱਲੀ ਦੇ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਇਹ ਚਾਰ ਸੀਟਾਂ ਦੀ ਝਾਕ ਮੈਂ ਬੈਠਿਆ ਦਾ, ਪਰ ਵੀਰ ਯੋ ਕਹਿ ਲਓ ਬੀਜੇਪੀ ਵਾਲਾ ਨੇ ਯੋ ਚਾਰੇ ਸੀਟਾਂ ਘੜੀ ਸਕਾ ਆਪਣੇ ਵਾਲੇ ਪਾਸੇ ਕਰ ਲਈਆਂ। ਈਬ ਅਕਾਲੀ ਦਲ ਹੋ ਗਿਆ ਦਿੱਲੀ ਦੇ ਵਿੱਚ ਮਾ ਵੇਲਾ। ਉੱਧਰ ਸੁਖਬੀਰ ਬਾਦਲ ਦਾ ਘੋੜਾ ਕੋਈ ਖਰੀਦਣ ਨਹੀਂ ਆਇਆ ਵੀਰ, ਯੂਕੇ ਤੇ ਮੰਗਾਇਆ ਤਾ ਯੋ ਖਾਸ ਨਸਲ ਦਾ ਘੋੜਾ, ਇਸ ਨੂੰ ਕੋਈ ਨੀ ਖਰੀਦਣਾ, ਕਾ ਛੋਟੀ ਕਾਠੀ ਦਾ ਘੋੜਾ ਯੋ। ਆਰ ਵੀਰ ਰਾਜਾ ਬੜਿੰਗਰੇ ਕੈਪਟਨ ਦਾ ਸਾਥ ਛੱਡਤਾ, ਈਵ ਵਾ ਸਲਾਹ ਨਹੀਂ ਦਿੰਦਾ ਕੈਪਟਨ ਨੂੰ, ਯੋ ਬਾਤ ਪੱਕੀ। ਔਰ ਇਸਕੇ ਗੈਲ ਗੈਲ ਵੀਰ ਯੋ ਕਹਿ ਲੋ ਵੀ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣੇ ਦਾ ਡਰਾਮਾ ਕਰਨ ਵਾਲੀ ਅਕਾਲੀ ਦਲ, ਇਸ ਪਰ ਸੁਖਜਿੰਦਰ ਰੰਧਾਵੇ ਦੇ ਕੜਤੇ ਕੜਾਕੇ। ਔਰ ਇਸਕੇ ਗੈਲ ਗੈਲ ਵੀਰ ਕਹਿ ਅਸੀਂ ਸੀਸੀਏ ਤੇ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡਤੀਆਂ, ਯੋ ਕਹਿ ਰਿਹਾ ਸੀਰਸਾ। ਔਰ ਇਸਕੇ ਗੈਲ ਗੈਲ ਵੀਰ ਅਕਾਲੀ ਦਲ ਕਾ ਯੋ ਕਹਿ ਲੋ ਵੀ ਗੱਠ ਜੋੜ ਦਿੱਲੀ ਮਾਂ ਤੇ ਲਿਆ ਟੁੱਟ, ਈ ਬਕਾ ਕੱਲੇ ਹੀ ਸੀਟਾਂ ਲੜੇਂਗੇ, ਆਪਾਂ ਕਿਸੇ ਕੇ ਗਾਇਲ ਨਹੀਂ ਸੀਟਾਂ ਲੜਦੇ। ਔਰ ਹੋਰ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਮੈਂ ਸਾਂਝੀਆਂ। ਬੀਜੇਪੀ ਵਾਲੇ ਨੇ ਪ੍ਰਧਾਨ ਬਣਾਤਾ ਨੱਡੇ ਨੂੰ, ਨੱਡਾ ਯੂ ਕਿਆ ਕਰੇਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ। ਪਰ ਪਹਿਲਾਂ ਬੜੀ ਖਬਰ ਕੇ ਪਰ ਚਲਾਂ ਵੀਰ, ਪਹਿਲੀ ਬੜੀ ਖਬਰ ਜਿਹੜੀ ਨਿਕਲ ਕੇ ਆ ਰਹੀ ਵੀਰ, ਇਸ ਖਬਰ ਕਾ ਪਹਿਲਾ ਜਿਹੜਾ ਸਰਲੇਖ ਥਾਰੇ ਗੱਲ ਕਰਾਂ ਸਾਂਝਾ, ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬੜੇ ਦਿਨਾਂ ਦਾ ਬੈਠਿਆ ਦਾ ਦਿੱਲੀ ਦੇ ਵਿੱਚ, ਮੈਂ ਕਹਿ ਰਿਹਾ ਵੀਰ ਆਪਾਂ ਨੇ ਕਿਹਾ ਯੋ ਚਾਰ ਸੀਟਾਂ ਲੜਨੀਆਂ ਔਰ ਚਾਰੇ ਸੀਟਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਹੋਗੀ। ਈਬ ਵੀਰ ਯੋ ਕਹਿ ਲਿਓ ਯੋ ਸ਼੍ਰੋਮਣੀ ਅਕਾਲੀ ਦਲ ਦਾ ਰਾਹ ਅਲੱਗ ਹੋ ਗਿਆ ਬੀਜੇਪੀ ਦਾ ਅਲੱਗ। ਮਨਜਿੰਦਰ ਸਿਰਸੇ ਨੇ ਵੀਰ ਕੱਲ੍ਹ ਘਰੇ ਪ੍ਰੈਸ ਕਾਨਫਰੰਸ ਕਰਾਇਆ, ਬੀਜੇਪੀ ਨੇ ਕਿਹਾ ਜਿਹੜਾ ਨਾਗਰਿਕ ਸੋਧ ਕਾਨੂੰਨ ਇਸ਼ਕੇ ਵਿੱਚ ਮੈਂ ਕਹਿ ਮੁਸਲਮਾਨ ਨਹੀਂ ਸ਼ਾਮਿਲ ਕਰੇ, ਇਸ਼ਕਰਾਂ ਗੱਠ ਜੋੜ ਤੋੜਤਾ ਮਨ ਨੇ। ਯਾਰ ਵੀਰ ਪਹਿਲਾਂ ਤਾਂ ਮੈਨੂੰ ਇਨਕੀ ਨਿਊ ਨਹੀਂ ਸਮਝ ਲੱਗਦੀ ਵੀ ਭਗਵੰਤ ਮਾਨ ਆਮ ਆਦਮੀ ਪਾਰਟੀ ਵਾਲਾ ਕਹਿ ਰਿਹਾ ਤਾ, ਕਿਹਾ ਵੀ ਜਦ ਉੱਥਾ ਲੋਕ ਸਭਾ ਦੇ ਵਿੱਚ ਮੈਂ ਯੋ ਬੀਬੀ ਹਰਸਿਮਰ ਕੌਰ ਬਾਦਲ ਸੁਖਬੀਰ ਬਾਦਲ ਖੜੇ ਹੋ ਕੇ ਜਦ ਕਹਾ ਮੋਦੀ ਦਾ ਸਾਥ ਦਿਆ ਤਾਂ ਜਦ ਨਹੀਂ ਤਾਂ ਦਿਖਦਾ ਵੀ ਉਹ ਕਾਨੂੰਨ ਦੇ ਵਿੱਚ ਮੈਂ ਕਿਹਾ ਹੈ ਕਿਆ ਨਹੀਂ, ਜਦ ਤੋਂ ਕਹਾ ਕੁਰਸੀ ਵਜਾਣਗੇ ਚੱਕਰ ਮੈਂ ਹਮ ਹਾਂ ਕਰ ਗਏ। ਈਬ ਥੰਮ ਕਰੇ ਕਹਾ ਨਾਗਰਿਕ ਸੋਧ ਕਾਨੂੰਨ ਇਸ਼ਕੇ ਵਿੱਚ ਮੈਂ ਮੁਸਲਮਾਨ ਨਹੀਂ ਸ਼ਾਮਿਲ ਕਰੇ, ਤਾਂ ਕਰਕੇ ਮਾਨਾ ਯੋ ਚਾਰ ਸੀਟਾਂ ਛੱਡਤੀਆਂ। ਯੋ ਕਹਿ ਲਿਓ ਵੀਰ ਈਬ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬਾਰ ਬਾਰ ਕਹਿ ਰਿਹਾ ਤਾ, ਔਰ ਬੀਜੇਪੀ ਵਾਲਿਆਂ ਨੇ ਇੱਕ ਨਹੀਂ ਮੰਨੀ, ਔਰ ਬੀਜੇਪੀ ਨੇ ਇਹ ਕਹਿ ਰਹੇ ਤੇ ਰਲ ਕੇ ਵੋਟਾਂ ਲੜੇਂਗੇ, ਲੜਕਾ ਵੋਟਾਂ ਲੜੇਂਗੇ। ਦਿੱਲੀ ਨੇ ਆਪਣੇ ਸਿਧਾਂਤਾਂ ਖਾਤਰ ਕਹਾ ਦਿੱਲੀ ਦੇ ਵਿੱਚ ਮਾਂ ਚੋਣਾਂ ਨਾ ਲੜਨ ਦਾ ਫੈਸਲਾ ਕਰਿਆ। ਔਰ ਉੱਧਰ ਦਿੱਲੀ ਬੀਜੇਪੀ ਦਾ ਜਿਹੜਾ ਪ੍ਰਧਾਨ ਜੋ ਮਨੀਸ਼ ਤਿਵਾੜੀ ਈਸ਼ ਨੇ ਕੱਢਤੇ ਫਿਰ ਚੰਗਿਆਲੇ, ਯੋ ਕਹਿ ਰਿਹਾ ਕਹਾ ਵੀਰ ਸਾਰੀ ਸੀਟਾਂ ਮਾਨੇ ਤੈਅ ਕਰੀਆਂ ਮੀਨੀਆਂ, ਕਿਸ ਨੂੰ ਕਿੱਥਾ ਕਰਨਾ ਕਿਸ ਨੂੰ ਕਿੱਥਾ ਕਰਨਾ, ਯੋ ਅਕਾਲੀ ਦਲ ਵਾਲੇ ਵਾਸਤੇ ਤਾਂ ਕਹਾ ਜਗ੍ਹਾ ਹੀ ਹੈ ਨੀ ਕਿਤੇ, ਕਹਾ ਇਹਨਾਂ ਨੂੰ ਕਿੱਥਾ ਬਿਠਾ ਲਿਆ ਆਪਾਂ, ਹੈ ਕਹਾ ਪਹਿਲਾਂ ਹਰਿਆਣੇ ਦੇ ਵਿੱਚ ਮਾਂ ਬੀਜੇਪੀ ਤੇ ਅਕਾਲੀ ਦਲ ਯੋ ਜਦ ਤੱਕ ਇਹਨਾਂ ਨੇ ਮੰਨੀ ਨੀ ਦੀ, ਕਹਾ ਈ ਬਕਾ ਮਾਰੇ ਤੇ ਮੰਗ ਰਹੇ ਚਾਰ ਸੀਟਾਂ। ਯੋ ਕਹਿ ਲਓ ਵੀਰ ਇਹਨ ਤੇ ਲੈ ਲਿਆ ਬਦਲਾ, ਈਬ ਯੋ ਬਦਲਾ ਵੀਰ ਹਰਿਆਣੇ ਦੇ ਵਿੱਚ ਮੈਂ ਅੜਕਾ ਲੜੇ ਤੇ ਉਹ ਕਹਿ ਰਹੇ ਕਹਿ ਲੈ ਹਰਿਆਣੇ ਮੈਂ ਤਾਂ ਕੰਮ ਆਪਾਂ ਜਿੱਤ ਲੇਂਗੇ। ਔਰ ਹਰਿਆਣੇ ਮੈਂ ਜਿਹੜਾ ਇੱਕ ਇਨਕਾ ਹੈ ਤਾਂ ਬੰਦਾ ਵਾਹ ਵੀ ਦੇਖ ਲਓ ਬੀਜੇਪੀ ਵਾਲੇ ਪਾਸੇ ਲੰਘ ਗਿਆ ਤਾਂ ਇਸ਼ਕਾ ਵੀ ਬੜਾ ਵਿਰੋਧ ਕਰਿਆ ਤੀ ਇਹਨਾਂ ਨੇ। ਔਰ ਵੀਰ ਈਬ ਦਿੱਲੀ ਮੈਂ ਇਹਨਾਂ ਨੂੰ ਇੱਕ ਸੀਟ ਨਹੀਂ ਮਿਲੀ, ਔਰ ਅਕਾਲੀ ਦਲ ਹੋ ਗਿਆ ਕਹਾ ਦਿੱਲੀ ਮੈਂ ਵੇਲਾ, ਈਬ ਵੀਰ ਦੇਖੇਂਗੇ ਬੈਠ ਕੇ ਮੇਲਾ। ਔਰ ਵੀਰ ਉੱਧਰ ਕਹਿ ਲਿਓ ਯੋ ਮਤਲਬ ਯੋ ਗੱਠਜੋੜ ਤਾਂ ਟੁੱਟਿਆ, ਪਰ ਵੀਰ ਉੱਧਰ ਯੋ ਕਹਿ ਰਹੇ ਹੋ ਵੀ ਪੰਜਾਬ ਕੇ ਵਿੱਚ ਮੈਂ 10 ਸਾਲ ਸੱਤਾ ਭੋਗਣ ਦਾ ਸਿੱਧਾ ਯੋ ਤੀਸਰੇ ਨੰਬਰ ਪਾ ਕੇ ਖੜ ਗਈ ਅਕਾਲੀ ਦਲ, ਕਿਸਮਤ ਅਜਮਾ ਕਾ ਕਦਾ ਤੋ ਯੋ ਕਹਿ ਲਓ ਵੀ ਹਰਿਆਣੇ ਮੈਂ ਅਜਮਾਈ ਕਿਸਮਤ ਉੱਥਾਂ ਨਹੀਂ ਬਣੀ ਬਾਤ। ਔਰ ਅਕਾਲੀ ਦਲ ਨੇ ਪਹਿਲਾਂ ਦਿੱਲੀ ਮੈਂ ਫੁੱਲ ਕੇ ਚੋਣ ਨਿਸ਼ਾਨ ਬਾਬਣ ਤੇ ਖੜੇ ਕਰੇ ਤੇ, ਔਰ ਉੱਥਾਂ ਭਾਜਪਾ ਗੱਲ ਗੱਲਬਾਤ ਸਿਰੇ ਚੜੀ ਨਹੀਂ, ਚਾਰ ਸੀਟਾਂ ਵਾ ਯੋ ਕਹਿ ਰਹੇ ਨਹੀਂ ਕਹਾ ਮੈਨੂੰ ਦਈਆਂ, ਈਬ ਕਹਾ 70 ਸੀਟਾਂ ਲੜੇਂਗੇ, 70 ਗਿਆ 70।
ਯੋ ਮੈਂ ਨੀ ਕਹਿ ਰਿਹਾ ਵੀਰ, ਯੋ ਮੈਂਬਰ, ਯੋ ਰਾਜ ਸਭਾ ਮੈਂਬਰ ਬਲਵਿੰਦਰ ਭੂੰਦੜ, ਯੋ ਭੂੰਦੜ ਵਾਹੀ ਜਿਹੜਾ ਪਿੱਛੇ ਜੇ ਉਹ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਸਟੋਰੀ ਸੁਣਾਗਾ ਗਿਆ ਵਾ, ਇਸ ਨੇ ਇੱਕ ਹੋਰ ਬਿਆਨ ਦੇ ਦਾ ਭੂੰਦੜ ਨੇ। ਯੋ ਕਹਿ ਰਿਹਾ ਵੀਰ, ਕਹਾ ਦੋਵੇਂ ਪਾਰਟੀਆਂ ਮੁਝਾ ਸਮਝੌਤਾ ਨੀ ਹੋਇਆ ਗਾ, ਚਾਰ ਸੀਟਾਂ ਬਾਅਦ ਚੋਣ ਲੜਨੀ ਦੀ ਕਹਾ, ਨਹੀਂ ਤੋ ਕਹਾ ਮੰਨੇ ਈ ਵਕਾ ਗੱਲਬਾਤ ਰੁਕ ਗਈ, ਈ ਮਾਰੇ ਪਾਰਟੀ ਦੇ ਵਰਕਰ ਤੋਂ ਪੈਰਾ ਭਾਰ ਹੋਈ ਬੈਠੇਗਾ। ਵੀਰ ਨਹੀਂ ਦੰਦੇ ਰਾਣ ਦੇਣ ਦਿਓ, ਆਪਾਂ ਫੇਰ ਉਰਾ ਵੀ ਇਕੱਲੇ ਖੜ ਜਾ। ਔਰ ਪੰਜਾਬ ਕੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ, ਯੋ ਕਹਾ ਇਕੱਲੇ ਵਿਧਾਨ ਸਭਾ ਚੋਣਾਂ ਲੜਨ ਦੇ ਚੱਕਰ ਮੈਂ, ਔਰ ਅਕਾਲੀ ਦਲ ਟਕਸਾਲੀ ਵੱਖ ਹੋ ਗਾ, ਸੁਖਬੀਰ ਬਾਦਲ ਚੁਣੌਤੀ ਦੇ ਸਕਦਾ ਦਿੱਲੀ ਦੇ ਵਿੱਚ ਮੈਂ, ਪੰਜਾਬ ਕੀ ਬਗਾਵਤ ਕਾ ਦਿੱਲੀ ਦੇ ਵਿੱਚ ਮੈਂ, ਖਤਰਨਾਕ ਮੋੜ ਦੇ ਰਹੀ ਇਸੀ ਕਰ ਕਾ ਕਹਾ, ਈਬ ਆਪਾਂ ਕਹਾ ਉਰਾ ਆਪਣੇ 70 ਬੰਦੇ ਖੜੇ ਕਰੇ, ਯਾ ਫਿਰ ਚਾਰ ਮੀਡੀਆ ਨੀ ਕਹਾ 70 ਖੜੇ ਕਰੇਗੇ। ਯੋ ਬਿਆਨ ਭੂੰਦੜ ਨੇ ਦੇ ਦਿਆ, ਔਰ ਜਦ ਭੂੰਦੜ ਦਾ ਯੋ ਬਿਆਨ ਨਿਕਲ ਆਇਆ ਮੂਹਰਾ, ਔਰ ਰੰਧਾਵੇ ਨੂੰ ਮੌਕਾ ਮਿਲ ਗਿਆ, ਰੰਧਾਵੇ ਨੇ ਵੀਰ ਯੋ ਅਕਾਲੀ ਦਲ ਨੂੰ ਖਾਲੀ ਦਲ ਦੱਸ ਦਿਆ ਕਹਾ, ਖਾਲੀ ਦਲ ਯੋ ਕਿਸ ਤਰ੍ਹਾਂ ਬਣ ਗਿਆ ਖਾਲੀ ਦਲ, ਯੋ ਕਹਿ ਰਹੇ ਵੀ ਦਿੱਲੀ ਵਿਧਾਨ ਸਭਾ ਮਾ ਵੋਟਾ ਭਾਜਪਾ ਗੱਲ ਭਾਈਵਾਲ ਕੀ ਆੜੀ ਪਾਉਣ ਵਾਲਾ ਕਹਾ, ਇੱਕ ਸੀਟ ਨੀ ਦਈ ਕਹਾ, ਬਾਤਾਂ ਮਾਰ ਰਹੇ ਕਹਾ, ਯੋ ਹੈ ਕਹਾ ਆਪਣੀ ਕਹਾ ਕਿਰਕਰੀ ਕੇ ਡਰ ਤੇ ਦਿੱਲੀ ਚੋਣਾਂ ਨਾ ਲੜਨੇ ਕਾ ਫੈਸਲਾ ਕਰਤਾ ਕਹਾ, ਸੀਟ ਤੋਂ ਕਹਾ ਜੇ ਇਹਨੂੰ ਦੇ ਤੇ ਫਿਰ ਨਾ ਲੜ ਦੇ, ਈ ਦਈਆਂ ਨੀ ਕਹਾ ਉਹਨਾਂ ਨੇ ਕਹਾ, ਅਗਲਿਆਂ ਨੇ ਰਾਹ ਨੀ ਦਿਆ ਘਰ ਨੂੰ ਭੇਜਤੇ ਵਿਹਲੇ ਕਰ ਕਹਾ, ਔਰ ਈਵ ਜੇਲ੍ਹ ਮੰਤਰੀ ਕਹਾ ਯੋ ਕੈਬਨਿਟ ਮੰਤਰੀ ਜਿਹੜਾ ਸੁਖਜਿੰਦਰ ਦਾ ਵਾ, ਇਸਨੇ ਵੀਰ ਕਿਹਾ ਵੀ ਯੋ ਕਾਂਗਰਸੀ ਆਗੂ ਜਿਹੜਾ ਕਹਾ ਬਾਦਲ ਤੇ ਮਜੀਠੀਆ ਪਰਿਵਾਰ ਨੇ ਕਹਾ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖਤਾ, ਜਦੋਂ ਖਾਲੀ ਦਲ ਹੋ ਗਿਆ ਕਹਾ ਸਾਰੇ ਲੰਘ ਗਏ ਕਹਾ, ਯੋ ਯੋ ਪ੍ਰੈਸ ਰੰਧਾਵੇ ਨੇ ਕਰੀ ਪ੍ਰੈਸ ਕਾਨਫਰੰਸ, ਯੋ ਮੁਹੰਮਦ ਸਦੀਕ ਕਾਂਗਰਸੀ ਵਿਧਾਇਕ ਦਰਸ਼ਨ ਪ੍ਰਗਟ ਨਥੂ ਕੁਲਵੀਰ ਯੋ ਕੋਟ ਭਾਈ ਹੋਰ ਬੜੇ ਬੰਦੇ ਥਾਣਾ ਹੱਥੋਂ ਕਹਾ ਪਹੁੰਚੇ ਵੇ ਤੇ ਵੀਰ, ਔਰ ਪੰਜਾਬ ਕੇ ਕਰਾਰੀ ਹਾਰ ਤੇ ਬਾਅਦ ਕਹਾ ਅਕਾਲੀ ਦਲ ਨੂੰ ਭਾਜਪਾ ਨੇ ਪਹਿਲਾਂ ਹਰਿਆਣੇ ਵਾਲੇ ਵਿਹਲਾ ਕਰਕੇ ਭੇਜਿਆ, ਈਵ ਦਿੱਲੀ ਮਾ ਕੋਈ ਸੀਟ ਦਈ ਨੀ ਗਾ, ਇਹਨਾਂ ਨੂੰ ਕਹਿੰਦੇ ਕਿ ਔਕਾਤ ਦਿਖਾ ਦੀ, ਔਕਾਤ ਵੀ ਕਿਸ ਔਕਾਤ ਕੇ ਥਾ ਮਾਲਕ ਬਾਤਾਂ ਮਾਰਾਂ, ਔਰ ਕਹਾ ਅਕਾਲੀ ਦਲ ਯੋ ਬਾਦਲ ਪਰਿਵਾਰ ਕੀ ਕਹਾ ਜਿਹੜੀ ਨੂੰ ਬੀਬੀ ਹਰਸਿਮਰ ਕੌਰ ਬਾਦਲ ਇਸਕੀ ਕੇਂਦਰ ਮੰਤਰੀ ਪਦ ਕੀ ਕਹਾ ਕੁਰਸੀ ਨੂੰ ਬਚਾਉਣ ਖਾਤਰ ਕਹਾ ਦਿੱਲੀ ਚੋਣਾਂ ਨਾ ਲੜਨੇ ਕਾ ਫੈਸਲਾ ਕਰਿਆ, ਆਹ ਮੋਦੀ ਨੇ ਬਿਠਾ ਕੇ ਦੋ ਟੁਕਵਾਂ ਬਾਤ ਕਰਤੀ ਵੀ ਜੇ ਥਾਨੇ ਦਿੱਲੀ ਦੇ ਵਿੱਚ ਮੈਂ ਕੋਈ ਚੱਕਰ ਪਾਇਆ ਮੈਂ ਵਿਹਲੇ ਕਰਕੇ ਸਾਰਿਆਂ ਨੂੰ ਘਰਾਂ ਭੇਜ ਦਿਆਂਗਾ, ਇਸੀ ਕਰਕੇ ਕਹਾ ਈਬ ਯੋ ਕਹਾ ਵਰਕਰਾਂ ਨੂੰ ਭਾਜਪਾ ਕੋਲ ਕਹਾ ਗਹਿਣੇ ਰੱਖਦਾ ਕਹਾ ਕੁਰਸੀ ਬਚਾਉਣ ਦੇ ਚੱਕਰ ਵਾ, ਔਰ ਕਾਂਗਰਸੀ ਆਗੂ ਕਹਿ ਰਿਹਾ ਕਹਾ ਸਾਰੀ ਉਮਰ ਅਕਾਲੀ ਦਲ ਔਰ ਭਾਜਪਾ, ਯੋ ਸੱਸ ਨੂੰ ਸੱਸ ਮਾਸ ਨੌ ਮਾਸ ਪਤਾ ਨੀ ਕਿਆ ਕਿਆ ਕਹੇ ਕਰਤੇ ਕਹਾ ਮਰਦ ਇਤਨਾ ਘੈਂਟ ਰਿਸ਼ਤਾ ਕਹਾ ਈਬ ਕਹਾ ਈਬ ਕਹਾ ਮੌਜੂਦਾ ਸਥਿਤੀ ਵਾ ਚੁੱਪੀ ਤੋੜੇ ਕਹਾ ਦੱਸੋ ਯੋ ਨੌ ਕਿੱਥਾ ਰਹਿ ਗਿਆ ਮਾਸ ਕਿੱਥਾ ਸੱਸ ਕਿਹੜੀ ਨੂੰਹ ਕਿਹੜੀ ਈਵ ਮਜੀਠੀਆ ਪਰਿਵਾਰ ਕਾ ਕਹਾ ਅਕਾਲੀ ਦਲ ਕੇ ਉੱਪਰ ਕਬਜ਼ਾ, ਪਹਿਲਾਂ ਕਹਾ ਬੜਾ ਬਾਦਲ ਫਿਰ ਢੀਂਡਸਾ ਫਿਰ ਬ੍ਰਹਮਪੁਰਾ ਫਿਰ ਅਜਨਾਲਾ ਫਿਰ ਸੇਖਵਾਂ ਫਿਰ ਦਿੱਲੀ ਮਾਂ ਜੀ ਕੇ ਜੋ ਸਾਰੇ ਵਿਹਲੇ ਕਰਕੇ ਕਹਾ ਘਰ ਭੇਜਤੇ ਕਹਾ ਈ ਸਾਥ ਛੱਡ ਗਏ, ਈ ਭਾਜਪਾ ਨੇ ਵੀ ਅਕਾਲੀ ਦਲ ਨੂੰ ਉਸਕੀ ਔਕਾਤ ਦਿਖਾ ਦੀ ਵੀ ਥਾਂ ਕਿਹੜੀ ਔਕਾਤ ਕੇ ਮਾਲਕ, ਵੀਰ ਅਕਾਲੀ ਦਲ ਕਰਾਂਗਾ ਸ਼ੀਸ਼ੇ ਕੀ ਆੜ ਕੇ ਵਿੱਚ ਮੈਂ ਕਹਾ ਚੋਣਾਂ ਨਾ ਲੜਨੇ ਕਹਾ ਡਰਾਮਾ ਖੇਲ ਰਹੇ ਕਹਾ ਯੋ ਚੀਚੀ ਨੂੰ ਖੂਨ ਲਾਗਾ ਕਹਾ ਦੱਸਦਾ ਮਾਰੇ ਸ਼ਹੀਦ, ਯੋ ਕਹਾ ਵੀਰ ਸੰਸਦ ਸ਼ੀਸ਼ੇ ਆਖਮ ਵੋਟਾਂ ਮੈਂ ਪਹਿਲਾਂ ਦੱਸਿਆ ਜਦ ਵੋਟ ਕਿਉਂ ਪਾਈ ਦੀ ਜਾਂਦਾ ਜੀਦਾ ਵੀ ਉਹ ਕੰਮ ਹੋਵੇਗਾ, ਈ ਬਕਾ ਦੁਨੀਆਂ ਭਰ ਕੇ ਸਿੱਖਾਂ ਨੇ ਪਾਈਆਂ ਇਹਨਾਂ ਨੂੰ ਲੜਨ ਤਾਂ, ਈ ਬਕਾ ਯੋ ਆਪਣੀ ਸਾਖ ਬਚਾਉਣ ਖਾਤਰ ਕਹਾ ਡਰਾਮਾ ਖੇਲ ਰਹੇ ਡਰਾਮਾ, ਯੋ ਵੀਰ ਉੱਥਾ ਵੀਰ ਚੁਟਕੀ ਲਈ ਅਕਾਲੀ ਦਲ ਕਹਾ ਜੋ ਹਸਰ ਪੰਜਾਬ ਹਰਿਆਣਾ ਈ ਬਕਾ ਦਿੱਲੀ ਮਾਂ ਹੋਏਗਾ ਉਸ ਲੈ ਜੇ ਗੈਲ ਕਹਾ ਪਾਰਟੀ ਕਾ ਕੋਈ ਭਵਿੱਖ ਨਹੀਂ ਕਹਾ, ਅਕਾਲੀ ਦਲ ਸਿਰਫ ਕਹਾ ਬਾਦਲ ਮਜੀਠੀਆ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਈ, ਸਾਰੇ ਟਕਸਾਲੀ ਲੀਡਰ ਇੱਕ ਇੱਕ ਕਰਕੇ ਘਰਾਂ ਨੂੰ ਭੇਜਤੇ ਗਾ, ਇਹਨਾਂ ਨੇ ਵਿਹਲੇ ਹੋ ਘਰਾਂ ਬਹਿ ਕੇ ਜਾਗਾ, ਯੋ ਕਹਿ ਲਓ ਵੀਰ ਮਜੀਠੀਏ ਨੇ ਬਹੁਤ ਦਿਨਾਂ ਦੀ ਪੜਾਸ ਕੱਢੀ ਵੀਰ, ਨਾ ਮਜੀਠੀਏ ਨੇ ਰੰਧਾਵੇ ਨੇ ਵੀਰ, ਔਰ ਉੱਧਰ ਯੋ ਮਨਜਿੰਦਰ ਸੀਸਾ ਕਹਿ ਰਿਹਾ ਖੇਲਦੇ ਨੀ ਵੀਰੇ ਨੀ ਲੜਦੇਗਾ ਲੜਦੇ ਨਹੀਂ ਲੜਦੇ ਨਾ ਲੜੋ ਭੂੰਦੜ ਕਹਿ ਰਿਹਾ ਆਪਾਂ ਤੋਂ ਲੜਕਾ ਹਟੇ ਜੋ ਮਰਜ਼ੀ ਹੋ ਜੇ, ਅੱਛਾ ਯੋ 70 ਕੀ 70 ਸੀਟਾਂ ਖੜੇ ਕਰੇਗੇ ਬੰਦੇ,
और उधर राजे बड़िंगरे कैप्टन का साथ छाड़ता इब यो राजे ने सराहा नहीं देवेगा यो राजा बड़िंगा गिदड़ बाहिया यो फिर इसने कैप्टन का साथ छाड़ता कैप्टन सलामा नहीं देगा इसने इस्तीफा ले लिया और कैप्टन ने थोड़े टाइम पहला यो 6 सलाहकार लाए थे राजे बड़िंग ने अपने अहदा नहीं ये संभालिया और 6 सलाहकार यो राजे और इसके गैल 5 बंदे और कैबिनेट रैंक के बराबर के दर्जे दे थे यो राजे की सलाह ही नहीं मननी फिर कोई सलाह मानता नहीं था कैप्टन राजे ने लगे मैं सलाह दद्दा रहा यो राजा मानता नहीं राजा राजा दो इकट्ठे हो गए इसी कर एक राजे ने साइड बना पे इसी कर राजा बड़ी गिदड़ बाई वाला अपना इस्तीफा एक घर चला गया फिर और पंजाब के राजपाल ने भी सलाहकार लाने पर सरकार ने फैल भेजी तक प्रवानगी नहीं हुई पूरी गल्ला में ही बनाया वह राजा पर यो सलाहकार ईव तक मनी एक बंदे की नहीं राजे की इसी कारण राजे ने चढ़ गया गुस्सा राजा कह रहा उन्हीं कहने नु बस सलाहकार सलाह तो कदे लई नहीं ना ने नाली पट्टी के सलाह नहीं कदे गली की सलाह नहीं कदे कोई बोर कराने की सलाह नहीं ली मारे थे सलाहकार का दे कहा चला दो राजे की का सलाह मारी गड़ी चलेगी रा इसी कार का दुखी होगा राजे ने फिर कैप्टन का दिया साथ छाड़ और फिर यो माघी मेले का यो पिंड लंबी के बिच पशु मेला लगया और करोड़ा का कारोबार होया उठा श्रोमणी अकाली दल का प्रधान सुखबीर बादल यो कह लो फिर इतने यो तो दिन माड़े चल रहे ये तो कोड़े नु भी नहीं कोई खरीदना यार सुखबीर वाला कोड़ा भी नहीं खरीद कर लेके गए जुके दे मंगाया था यो फार बेला नस्ल का कोड़ा कट है इसकी कोड़ी ये छोटी काठी का कोड़ा कीमत ज्यादा लाई भी कोड़े का दिल हर बंदे का आ रहा था दिल पर भी कोड़ा ले लें पर कीमत 8 लाख रुपया 8 लाख का कोड़ा यो तो काटे का सौदा यो कह लो फिर यो घोड़े नु भी छड़ गए लोग कर ना भाई आपां लंदे यो मेला पंजाब हरियाणा राजस्थान ते बड़े बड़े व्यापारी पहुंचे सुखबीर बादल के स्टड फार्म ते घोड़ा यो खिचिया केंद्र बनया पर मेले में सब ते महंगा घोड़ा 2 लाख का भी गया यो कैप यो कल सुखबीर ने लाते 8 लाख 8 लाख का ना वीर यो फार्म ते 8 घोड़े आए थे 8 के 8 मेले घर आप इतने घर का ना भाई ठेकेदार बिन्नी का जेड़ा यो दस रहा का भी मेले में पशु पालक जेड़े थे यो 1810 घोड़े लेगा पहुंचे अलग अलग नस्ल के यो 680 घोड़े की बिके बाकी साहब ते महंगा घोड़ा 2 लाख का बिकेगा का यो मेले में कहा भी 35 करोड़ रुपए के घोड़े बिके कहा पर यो कह लो भी यो सुखबीर बादल का घोड़ा नहीं बिकया यो घोड़ा खड़ा ही रह गया फिर यो जितना भीर होर बंदे लंघ लंघ रहे पार्टी छड़ जा रहे तेरा घोड़े ने छड़ गया लंघे भीर यो घोड़े का भविख बचेरेगा पता नहीं क्या बनेगा अगा और उठा दिल्ली के बिच अमित शाह ने अपनी कुर्सी वा जेपी नड्डे ने बिठा दा इवन नड्डा पता नहीं क्या करेगा भीर नड्डे ने सौंप दी कमान और यो जेपी नड्डा बीजेपी राष्ट्रपति प्रधान बनाता कहा भी थम पार्टी का प्रधान जिथा जेड़े बंदे लाने ला दे ईब का थारी का जिम्मेवारी अमित शाह कह रहा वीर अपा तो ईब बह गए दूसरी कुर्सी पा ईब प्रधान की कुर्सी पर तम बैठ थार उठा यो प्रकाश नड्डा जगत प्रकाश इसका नो जेपी कह दिया इसनू जगत प्रकाश इसनू प्रधानमंत्री मोदी ने अमित शाह ने बहुत कहा इनका बहुत पक्का अड़ी कहा और जगत प्रकाश नड्डा हिमाचल प्रदेश के वहां लीडर का जो बीजेपी कौमी प्रधान बनाया था और ये वीर कहा भी दिल्ली में चैलेंज जीतने खातर कहा दिल्ली पहुंचा कल्ला ही खड़ा कराया वोटा में किसी की हिम्मत नहीं पाई वीर इसके बराबर खड़ने की और ता ही देख लिया प्रधान बनाता इसनू अरे यो लुटेगा भी नजारे और वीर होर यो DSP बलविंदर की यो मुलतवी दे पंजाब सरकार नोटिस भेजता और इसके गल गल भी ट्रैक्टर का है पानी गल चलेंगे यो भी नवी कार्ड निकल कर आ रही और डीजीपी गुप्ता की कुर्सी बचाने खातर पंजाब सरकार हाईकोर्ट पहुंच गए अभी डीजीपी दिनकर गुप्ता कुर्सी पर बैठाना चाहे 1 लाख रुपया खर्चा आ जाए मारा यो हाईकोर्ट के बीच में जितने मर्जी वकील करने पवे कहा डीजीपी गुप्ते नु का कुर्सी पर ताले उतार दे कैप्टन कह रहा जाओ का उठा कर का उगार जी और जी दाखिल जेडी करनी है जो करना करो जागा और कहा डीजीपी गुप्ता कुर्सी ताले उतारना जो मर्जी हो जाए यो कालो भी कल पूरा जोर उठा बजया चलो खैर भी यो अज क्या बढ़िया खबर दिया और खबर देखनी सुननी पढ़निया
ਮਾੜੇ ਚੈਨਲ ਆਜ ਨਿਊਜ਼ ਵਾਲੇ ਕਰ ਦਿਓ ਸਬਸਕ੍ਰਾਈਬ, ਲਾਡਾ ਤੋਂ ਇਤਰੀ ਕੱਢਾ ਚਿੰਗੜੇ ਸਵੇਰੇ ਸਵੇਰੇ, ਔਰ ਜਿਤਨੇ ਪ੍ਰੋਗਰਾਮ ਚੱਲਦਾ ਰਹੇਗਾ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।